ਹਾਂਜੀ ਅਧਿਆਪਕ ਸਾਥੀਓ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਇੱਕ ਮਹੱਤਵਪੂਰਨ ਗੱਲ ਬਾਰੇ ਡਿਸਕਸ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਬੱਚਿਆਂ ਨੂੰ ਪੈਸਨੈਸ ਦੀ ਤਿਆਰੀ ਕਰਵਾ ਰਹੇ ਹਾਂ ਜਾਂ ਚਲੋ ਆਪਾਂ ਆਪਣਾ ਰੈਗੂਲਰ ਸਿਲੇਬਸ ਵੀ ਕਰਵਾਉਂਦੇ ਹਾਂ ਤੋਂ ਉਸ ਵਿੱਚ ਵੀ ਆਪਾਂ ਕਈ ਵਾਰ ਬੱਚਿਆਂ ਦੀ ਪ੍ਰੈਕਟਿਸ ਤੇ ਲਈ Google quizzes ਤਿਆਰ ਕਰਦੇ ਹਾਂ ਸੋ ਆਮ ਤੌਰ ਤੇ ਆਪਾਂ ਨੂੰ ਜਦੋਂ Google Quiz ਤਿਆਰ ਕਰਦੇ ਆ ਤਾਂ ਉਸ ਦੇ ਵਿੱਚ ਜੋ ਮੈਥਸ ਦੇ ਸਵਾਲ ਹੁੰਦੇ ਹਨ ਉਹਨਾਂ ਸਵਾਲਾਂ ਦੇ ਲਈ ਕੁਝ ਆਪਾਂ স্পੈਸ਼ਲ ਸਿੰਬਲ ਜਾਂ ਫਾਰਮੂਲੇ ਜਾਂ ਇਕੁਏਸ਼ਨਾਂ ਸਮੀਕਰਨਾਂ ਦੀ ਲੋੜ ਹੁੰਦੀ ਆ ਹੁਣ ਆਪਣਾ ਜੋ ਮੋਬਾਈਲ ਦਾ ਕੀਬੋਰਡ ਹੁੰਦਾ ਹੈ ਜਾਂ ਆਪਣੇ ਕੰਪਿਊਟਰ ਦਾ ਕੀਬੋਰਡ ਹੈ ਉਸ ਦੇ ਉੱਤੇ ਆਪਣੇ ਕੋਲੇ ਅਜਿਹੇ ਸਪੈਸ਼ਲ ਸਿੰਬਲ ਆਪਣੇ ਕੋਲੇ ਅਵੇਲੇਬਲ ਨਹੀਂ ਹੁੰਦੇ ਸੋ ਆਪਾਂ ਮੈਥ ਦੇ ਸਵਾਲਾਂ ਦੀ ਜਦੋਂ ਕੁਇਜ਼ ਤਿਆਰ ਕਰਦੇ ਹਾਂ ਤਾਂ ਉਸ ਕੁਇਜ਼ ਦੇ ਵਿੱਚ ਆਪਾਂ ਕਿਵੇਂ ਮੈਥ ਦੇ ਸਮੀਕਰਨਾਂ ਫਾਰਮੂਲੇ ਇਨਸਰਟ ਕਰ ਸਕਦੇ ਹਾਂ ਸੋ ਆਪਾਂ ਅੱਜ ਉਸ ਦੀ ਜਾਣਕਾਰੀ ਕਰਦੇ ਹਾਂ ਸੋ ਮੈਂ ਕੀ ਕਰਨ ਜਾ ਰਿਹਾ ਜੀ ਹੁਣ ਮੈਂ ਇੱਕ Google ਕੁਇਜ਼ ਤਿਆਰ ਕਰੂੰਗਾ ਡੈਮੋ ਕੁਇਜ਼ ਉਸ ਕੁਇਜ਼ ਦੇ ਵਿੱਚ ਆਪਾਂ ਕੀ ਕਰਾਂਗੇ ਜੋ ਮੈਥ ਦੇ ਫਾਰਮੂਲੇ ਹਨ ਉਹ ਆਪਾਂ ਕਿਵੇਂ ਇਨਸਰਟ ਕਰਦੇ ਹਾਂ ਜੋ ਸਪੈਸ਼ਲ ਸਿੰਬਲ ਹਨ ਉਹ ਆਪਾਂ ਕਿਵੇਂ ਇਨਸਰਟ ਕਰਦੇ ਕਰਨੇ ਹਾਂ ਉਸ ਦੀ ਆਪਾਂ ਗੱਲ ਕਰਾਂਗੇ ਸੋ ਇਹ ਮੈਂ ਆਪਣੀ Google Drive ਖੋਲੀ ਵੀ ਆ ਜੀ ਇੱਥੋਂ ਮੈਂ ਨਿਊ ਦੇ ਉੱਤੇ ਗਿਆ ਨਿਊ ਤੋਂ ਮੋਰ ਮੋਰ ਦੇ ਵਿੱਚ Google Forms ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੀਆਂ ਜਿਹੜੀ Google Quiz ਆ ਉਹ Google Form ਦੇ ਰਾਹੀਂ ਤਿਆਰ ਕੀਤੀ ਜਾਂਦੀ ਆ ਸੋ ਮੇਰੇ ਕੋਲ ਇੱਕ ਅਨਟਾਈਟਲਡ ਫਾਰਮ ਖੁੱਲ ਗਿਆ ਜੀ ਮੈਂ ਇੱਥੋਂ ਆਪਣੀ ਇਸ ਦੀ ਸੈਟਿੰਗ ਦੇ ਵਿੱਚ ਜਾ ਕੇ ਇਸ ਨੂੰ क्वਿਜ਼ਸ ਦੇ ਵਿੱਚ ਜਾਊਗਾ ਜੀ ਸੋ ਮੈਂ ਇੱਥੋਂ ਕੀ ਕਰਤਾ ਇਹਨੂੰ ਮੇਕ ਥਿਸ ਅ ਕੁਇਜ਼ ਕਰ ਰਿਹਾ ਸੇਵ ਕਰਤਾ ਸੋ ਆਪਾਂ ਹੁਣ ਇੱਥੇ ਕੋਈ ਵੀ ਚਲੋ ਇੱਥੇ ਆਪਾਂ ਫਾਰਮ ਦਾ ਨਾਮ ਦੇਣਾ ਜੀ ਅਨਟਾਈਟਲ ਫਾਰਮ ਸੀ ਸੋ ਉਹ ਮੈਂ ਇਹਨੂੰ ਲਿਖਤਾ ਜੀ ਡੈਮੋ ਮੈਥਸ ਕੁਇਜ਼ ਇੱਥੇ ਕੁਝ ਵੀ ਡਿਸਕ੍ਰਿਪਸ਼ਨ ਆ ਜੀ ਆਪਾਂ ਉਹ ਲਿਖ ਸਕਦੇ ਆ ਆਪਣੀ ਹੈਗੀ ਆ ਤਾਂ ਸੋ ਇੱਥੇ ਸਪੋਜ ਆਪਾਂ ਕੋਈ ਇਨਸਰਟ ਕਰਨਾ ਜੀ ਕੁਐਸਚਨ ਆਪਾਂ ਕਰਨਾ ਇਨਸਰਟ ਮੰਨ ਲਓ ਮੈਂ ਪਹਿਲਾ ਕੁਐਸਚਨ ਇਨਸਰਟ ਕਰਨਾ ਅ ਵਿਚ ਆਫ ਦਾ ਫੋਲੋਇੰਗ ਇਸ ਕੋਰੈਕਟ ਸੋ ਇਹ ਮੇਰਾ ਆਪਸ਼ਨ ਆ ਜੀ ਇੱਥੇ ਮੈਂ ਹੁਣ ਚਾਰ ਆਪਸ਼ਨ ਆ ਐਡ ਕਰਨੀਆਂ ਸੁਪੋਜ਼ ਮੈਂ ਕੋਈ ਮੈਥ ਦੇ ਫਾਰਮੂਲੇ ਐਡ ਕਰਨਾ ਚਾਹਣਾਗਾ ਸੋ ਮੈਨੂੰ ਹੁਣ ਕਿਉਂਕਿ ਜਦ ਸਿੰਪਲ ਸੁਪੋਜ਼ ਮੈਂ ਕੀਬੋਰਡ ਰਾਹੀਂ ਟਾਈਪ ਕਰਦਾ ਜੀ a2 b2 c2 ਵਾਲਾ ਫਾਰਮੂਲਾ ਪਾਉਣਾ ਠੀਕ ਹੈ b2 c2 ਸੋ ਆਪਾਂ ਇਸ ਫਾਰਮ ਦੇ ਰੂਪ ਵਿੱਚ ਪਾ ਸਕਦੇ ਆ ਵਾਟ ਇਜ਼ a ਕੀ ਇਹ ਸਹੀ ਨਹੀਂ ਪ੍ਰਿੰਟ ਹੁੰਦਾ ਜਦੋਂ ਆਪਾਂ ਇਹਦਾ ਪ੍ਰੀਵਿਊ ਕਰਕੇ ਬੱਚਿਆ ਕੋਲ ਭੇਜਦੇ ਆ ਸੋ ਆਪਾਂ ਕਿਵੇਂ ਫਾਰਮੂਲਾ ਇਨਸਰਟ ਕਰਨਾ ਜੀ ਆਪਾਂ ਹੁਣ ਉਹ ਵੇਖਦੇ ਆਂ ਉਹਦੇ ਲਈ ਦੇਖੋ ਜੀ ਆਪਾਂ ਕੀ ਕਰਨਾ ਤੁਸੀਂ ਆਪਣੀ ਗੂਗਲ ਸ਼ੀਟ ਦੇ ਵਿੱਚ ਦੇਖੋ ਆਪਣੇ ਕੋਲ ਆਈਕਨ ਆ ਇੱਕ ਕਸਟਮਾਈਜ਼ ਥੀਮ ਇਸ ਦੇ ਨਾਲ ਪ੍ਰੀਵਿਊ ਇਸ ਦੇ ਨਾਲ ਸੈਟਿੰਗ ਇਸ ਦੇ ਨਾਲ ਸੈਂਡ ਇੱਥੇ ਇੱਕ ਆ ਦੇਖੋ ਜੀ ਤੀਰ ਤਿੰਨ ਨਿਸ਼ਾਨ ਬਣੇ ਹੋਇਆ ਤਿੰਨ ਡਾਟਸ ਜਦੋਂ ਇਹਦੇ ਉੱਤੇ ਤੁਸੀਂ ਜਾਂਦੇ ਹੋ ਮੋਰ ਦੀ ਆਪਸ਼ਨ ਆ ਜੀ ਆਪਣੇ ਕੋਲੇ ਤਾਂ ਜਦੋਂ ਆਪਾਂ ਮੋਰ ਤੇ ਕਲਿੱਕ ਕਰਦੇ ਆਂ ਜੀ ਆਪਣੇ ਕੋਲ ਦੇਖੋ ਇੱਥੇ ਜਾ ਕੇ ਮੋਰ ਦੇ ਵਿੱਚ ਐਡ-ਆਨ ਜਾਂਦਾ ਜੀ ਸੋ ਤੁਸੀਂ ਮੋਰ ਦੇ ਵਿੱਚੋਂ ਐਡ-ਆਨਸ ਤੇ ਕਲਿੱਕ ਕਰ ਲਓ ਤਾਂ ਇਸ ਦੇ ਲਈ ਆਪਣਾ ਇੰਟਰਨੈਟ ਦੀ ਜੋ ਸਪੀਡ ਹੈ ਜੀ ਉਸ ਦੇ ਅਕੋਰਡਿੰਗ ਇਹ ਵਰਕ ਕਰੇਗਾ ਸੋ ਥੋੜਾ ਇਹ ਟਾਈਮ ਲੈ ਸਕਦਾ ਸੋ ਮੇਰੇ ਐਡ-ਆਨ ਦੇ ਦੇਖੋ ਹੁਣ ਆਪਣੇ ਕੋਲੇ ਕੀ ਖੁੱਲ ਗਿਆ ਜੀ ਜੀ ਸੂਟ ਮਾਰਕ ਮਾਰਕੀਟਪਲੇਸ ਆਪਣੇ ਕੋਲ ਜੋ ਗੂਗਲ ਦਾ ਇੱਕ ਮਾਰਕੀਟਪਲੇਸ ਹੈ ਜੀ ਉਹ ਖੁੱਲ ਗਿਆ ਇੱਥੋਂ ਆਪਾਂ ਇੱਕ ਐਡ-ਆਨ ਜੀ ਐਡ ਕਰਨਾ ਜੀ ਇੱਥੇ ਦੇਖੋ ਸਰਚ ਐਪਸ ਲਿਖਿਆ ਹੋਇਆ ਤਾਂ ਤੁਸੀਂ ਸਰਚ ਬਾਕਸ ਦੇ ਵਿੱਚ ਇੱਕ ਸਰਚ ਕਰਨਾ ਜੀ ਐਡ-ਆਨ ਜੀ ਹਾਈ ਪੇਸ਼ੀਆ H Y P A T I A ਸੋ ਮੈਂ ਇਹਨੂੰ ਸਰਚ ਕਰ ਲਿਆ ਜੀ ਤਾਂ ਤੁਸੀਂ ਦੇਖੋ ਮੇਰੇ ਕੋਲੇ ਇੱਕ ਹਾਈਪੇਸ਼ੀਆ ਨਾਮ ਦਾ ਇੱਕ ਐਡ-ਆਨ ਜਿ ਇੱਥੇ ਸ਼ੋ ਹੋਣ ਲੱਗ ਗਿਆ ਜੀ ਹਾਈਪੇਸ਼ੀਆ ਫॉर ਗੂਗਲ ਦਾ ਸਮਾਰਟ ਮੈਥ ਐਡੀਟਰ ਸੋ ਮੈਂ ਇਹਦੇ ਉੱਤੇ ਹੁਣ ਆਪਣਾ ਮਾਊਸ ਕਲਿੱਕ ਕੀਤਾ ਜੀ ਇਹ ਹੁਣ ਆਪਣੇ ਕੋਲੇ ਅੱਗੇ ਖੁੱਲ ਰਿਹਾ ਸੋ ਦੇਖੋ ਮੇਰੇ ਕੋਲ ਇੱਥੇ ਇੰਸਟਾਲ ਦੀ ਆਪਸ਼ਨ ਸ਼ੋ ਹੋ ਰਹੀ ਆ ਬਲੂ ਜੀ ਟਿਕ ਇੰਸਟਾਲ ਇਹ ਹਾਈਪੇਸ਼ੀਆ ਜੇ ਗੂਗਲ ਡਾਕਸ ਚ ਵੀ ਕੰਮ ਕਰਦਾ ਸਲਾਈਡਸ ਚ ਵੀ ਕੰਮ ਕਰਦਾ ਫਾਰਮ ਚ ਵੀ ਕੰਮ ਕਰਦਾ ਸੋ ਆਪਾਂ ਇਸ ਨੂੰ ਹੁਣ ਕੀ ਕੀਤਾ ਮੈਂ ਇੰਸਟਾਲ ਦੇ ਉੱਤੇ ਕਲਿੱਕ ਕੀਤਾ ਜੀ ਅੱਛਾ ਇਹ ਫਸਟ ਟਾਈਮ ਆਪਾਂ ਇੰਸਟਾਲ ਕਰਦੇ ਆਂ ਜੀ ਇਸ ਕਰਕੇ ਆਪਣੇ ਤੋਂ ਇਹ ਪਰਮਿਸ਼ਨ ਮੰਗ ਰਿਹਾ ਥੋ ਆਪਾਂ ਇਸ ਨੂੰ ਪਰਮਿਸ਼ਨ ਦੇ ਦਿੱਤੀ ਕੰਟੀਨਿਊ ਕਰ ਲਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਮੈਥੋਂ ਪੁੱਛ ਰਿਹਾ ਕਿ ਤੁਸੀਂ ਕਿਹੜੇ ਅਕਾਊਂਟ ਦੇ ਵਿੱਚ ਜਿਹੜਾ ਹਪੀਸ਼ੀਅਨ ਇਨਸਰਟ ਕਰਨਾ ਸੋ ਮੈਂ ਆਪਦਾ ਜਿਹੜਾ ਅਕਾਊਂਟ ਸੀਗਾ ਉਸ ਨੂੰ ਸਿਲੈਕਟ ਕਰ ਲਿਆ ਹੁਣ ਇਹ ਪਰਮਿਸ਼ਨ ਪੁੱਛ ਰਿਹਾ ਜੀ ਮੇਰੇ ਕੋਲੇ ਇਸ ਨੂੰ ਮੈਂ ਅਲਾਉ ਕਰਤਾ ਕਿ ਹਾਂਜੀ ਜਿਹੜਾ ਇਹ ਹਾਈ ਪੇਸ਼ੀਆ ਹੈਗਾ ਉਹ ਮੇਰੇ ਫਾਰਮਸ ਦੇ ਵਿੱਚ ਐਡੀਟਿੰਗ ਕਰ ਸਕਦਾ ਸੋ ਮੈਂ ਉਹਨੂੰ ਪਰਮਿਸ਼ਨ ਦੇ ਦਿੱਤੀ ਆ ਸੋ ਇੱਥੇ ਆ ਗਿਆ ਜੀ ਹਾਈ ਪੇਸ਼ੀਆ ਹੈਜ਼ ਬੀਨ ਇੰਸਟਾਲਡ ਸੋ ਮੈਂ ਇਸ ਨੂੰ ਹੁਣ ਕੀ ਕੀਤਾ ਡਨ ਕਰਤਾ ਜੀ ਸੋ ਹੁਣ ਜਦੋਂ ਮੈਂ ਇੱਥੇ ਆਸ ਕਲੋਜ਼ ਦਾ ਸਿੰਬਲਸ ਇਹਨੂੰ ਕਲੋਜ਼ ਕਰਤਾ ਹੁਣ ਤੁਸੀਂ ਦੇਖੋ ਜੀ ਆਪਣੀ ਜਿਹੜੀ ਮੇਨ ਸਕਰੀਨਸ ਇੱਥੇ ਇੱਕ ਚੌਥਾ ਆਈਕਨ ਬਣ ਗਿਆ ਐਡ-ਆਨ ਦਾ ਠੀਕ ਹੈ ਪਹਿਲਾਂ ਇੱਥੇ ਥੀਮ ਸੀਗਾ ਜੀ ਪ੍ਰਿਵਿਊ ਸੀ ਸੈਟਿੰਗ ਸੀਗਾ ਹੁਣ ਆਪਣੇ ਕੋਲ ਇੱਥੇ ਚੌਥਾ ਸਿੰਬਲ ਬਣ ਗਿਆ ਐਡ-ਆਨ ਦਾ ਹੁਣ ਮੈਂ ਐਡ-ਆਨਸ ਤੇ ਜਿਵੇਂ ਕਲਿੱਕ ਕਰਦਾ ਜੀ ਇੱਥੇ ਮੇਰੇ ਕੋਲ ਆ ਰਿਹਾ ਹਾਈਪੀਸ਼ੀਆ ਦੇਖੋ ਹਾਈਪੀਸ਼ੀਆ ਆ ਗਿਆ ਮੈਂ ਇਸ ਦੇ ਉੱਤੇ ਕਲਿੱਕ ਕਰਤਾ ਜੀ ਹਾਈਪੀਸ਼ੀਆ ਤੇ ਸੋ ਜਦੋਂ ਮੈਂ ਇਸ ਤੇ ਕਲਿੱਕ ਕੀਤਾ ਮੇਰੇ ਕੋਲ ਆਪਸ਼ਨ ਆ ਰਹੀਆਂ ਇਨਸਰਟ ਐਡਿਟ ਮੈਥ ਮਿਨੀ ਐਡੀਟਰ ਹੈਲਪ ਸੋ ਮੈਂ ਇੱਥੋਂ ਕਲਿੱਕ ਕੀਤਾ ਜੀ ਇਨਸਰਟ ਐਡਿਟ ਮੈਥ ਤਾਂ ਆਪਣੇ ਕੋਲ ਕੀ ਸ਼ੋ ਹੋ ਰਿਹਾ ਜੀ ਵੈਲਕਮ ਟੂ ਹਾਈਪੇਸ਼ੀਆ ਇੱਥੇ ਆ ਉਸਨੇ ਦੱਸਿਆ ਵਾ ਜੀ ਕਿ ਤੁਸੀਂ ਕਿਵੇਂ ਇਹਦੇ ਵਿੱਚ ਪਿਕਚਰ ਇੰਸਰਟ ਕਰਨੀ ਆ ਮੈਂ ਇੱਥੋਂ ਜਾ ਕੇ ਕੰਟੀਨਿਊ ਤੇ ਕਲਿੱਕ ਕਰਤਾ ਜੀ ਕਿਉਂਕਿ ਆਪਾਂ ਇਸ ਨੂੰ ਫਸਟ ਟਾਈਮ ਰਨ ਕਰ ਰਹੇ ਆ ਜੀ ਇਸ ਕਰਕੇ ਇਹ ਥੋੜਾ ਜਿਹਾ ਟਾਈਮ ਲੈ ਸਕਦਾਗਾ ਆਪਣੀ ਨੈਟ ਦੀ ਸਪੀਡ ਦੇ ਹਿਸਾਬ ਨਾਲ 1 ਤੋਂ ਲੈ ਕੇ 1.5 ਮਿੰਟ ਤੱਕ 1-2 ਮਿੰਟਾਂ ਦਾ ਇਹ ਸਮਾਂ ਲਊਗਾ ਜੀ ਤਾਂ ਆਪਾਂ ਹਾਈਪੇਸ਼ੀਆ ਇੱਕ ਐਡ-ਆਨ ਜਾ ਜੀ ਇਸ ਦੀ ਸਹਾਇਤਾ ਦੇ ਨਾਲ ਆਪਾਂ ਕੀ ਕਰ ਸਕਦੇ ਆ ਆਪਣੀ ਮੈਦ ਦੀ ਕੋਈ ਵੀ ਜੇ ਉਹ ਵੀ ਸਿੰਪਲ ਆ ਸਮੀਕਰਨ ਹੈ ਕੋਈ ਫਾਰਮੂਲੇ ਹੈ ਉਹ ਆਪਾਂ ਇਨਸਰਟ ਕਰ ਕਰ ਸਕਦੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੇਰੇ ਕੋਲ ਹਾਈ ਪੇਸ਼ੀਆ ਦੀ ਮੇਨ ਸਕਰੀਨ ਸੀ ਉਹ ਖੁੱਲ ਗਈ ਆ ਹੁਣ ਇੱਥੇ ਤੁਸੀਂ ਦੇਖੋ ਇਹਦੇ ਵਿੱਚ ਕੀ ਕੁਛ ਆ ਜੀ ਆ ਆਪਣੇ ਕੋਲ ਦੋ ਐਰੋ ਆ ਜੀ ਇਹ ਅੱਗੇ ਤੇ ਪਿੱਛੇ ਜਾਣ ਨੂੰ ਆਪਾਂ ਨੈਕਸਟ ਤੇ ਨਾ ਯੂਜ਼ ਕਰਾਂਗੇ ਅੰਡੋ ਤੇ ਰੀਡੋ ਇੱਥੇ ਆਪਣੇ ਕੋਲ x² ਲਿਖਿਆ ਹੋਆ ਜਦੋਂ ਮੈਂ ਇੱਥੇ ਕਲਿੱਕ ਕਰਦਾ ਜੀ ਤਾਂ ਮੇਰੇ ਕੋਲ ਮੈਥ ਦੇ ਬਹੁਤ سارے ਫਾਰਮੂਲੇ ਦੇਖੋ ਸ਼ੋ ਹੋਣ ਲੱਗ ਗਏ ਜੀ ਅਸਕਅਰੂਟ ਹੋ ਗਿਆ ਜੀ ਆਪਣੇ ਕੋਲੇ ਡੈਰੀਵੇਟਿਵ ਦੇ ਫਾਰਮੂਲੇ ਹੋ ਗਏ a/b ਭਿੰਨਾ ਹੋ ਗਿਆ ਜੀ ਸਕਅਰ ਰੂਟ ਹੋ ਗਏ ਤੇ ਆਪਣੇ ਪੈਰ ਤੇ ਜਿਹੜੀ ਪਾਵਰ ਪਈ ਵੀ ਆ ਜੀ ਸਬਸਕ੍ਰਿਪਟ ਆ ਆਪਣੇ ਕੋਲੇ ਪਾਵਰ ਪਾਉਣ ਵਾਸਤੇ ਜੀ ਸੁਪਰਸਕ੍ਰਿਪਟ ਇਦਾਂ ਆਪਣੇ ਕੋਲੇ ਬ੍ਰੈਕਟਸ ਵਾਲੇ ਬਣ ਗਏ ਜੀ ਬਾਈਨੋਮੀਅਲ ਸੋ ਸਾਈਨ ਕੋਸ ਟੈਨ ਇਹ ਵਾਲੇ ਸਾਰੇ ਫੰਕਸ਼ਨ ਜੀ ਸਮਿਸ਼ਨ ਦੇ ਫਾਰਮੂਲੇ ਬਣ ਗਏ ਸੋ ਆਪਾਂ ਇਹਨਾਂ ਦੇ ਵਿੱਚੋਂ ਲਿਮਟ ਦਾ ਫਾਰਮੂਲਾ ਹੋ ਗਿਆ ਲੌਗ ਦੇ ਫਾਰਮੂਲੇ ਹੋ ਗਏ ਐਕਸਪੋਨੈਂਸ਼ੀਅਲ ਫੰਕਸ਼ਨਸ ਹੋ ਗਏ ਸੋ ਜਿਹੜਾ ਵੀ ਆਪਾਂ ਇਨਸਰਟ ਕਰਨਾ ਚਾਹੁੰਦੇ ਆ ਇਨਸਰਟ ਕਰ ਸਕਦੇ ਆ ਜੀ ਆਪਾਂ ਨੈਕਸਟ ਚੂਜ਼ ਕਰਦੇ ਆ ਫਿਲਹਾਲ ਆਪਾਂ ਪਹਿਲਾਂ ਦੇਖਦੇ ਆ ਕੀ ਆ ਮੈਂ ਸਾਈਨ ਤੇ ਕਲਿੱਕ ਕੀਤਾ ਜੀ ਆਪਣੇ ਕੋਲੇ ਟ੍ਰਿਗਨੋਮੈਟਰੀ ਦੇ ਫੰਕਸ਼ਨ ਆ ਗਏ ਸਾਈਨ ਕੋਸ ਟੈਨ ਸਾਰੇ ਦੇ ਸਾਰੇ ਕੈਲਕੂਲਸ ਤੇ ਆਪਣੇ ਕੋਲੇ ਫੰਕਸ਼ਨ ਆ ਗਏ ਜੀ ਅਲਜਬਰਾ ਦੇ ਫੰਕਸ਼ਨ ਆ ਗਏ ਇੱਥੇ ਮੈਂ ਪਲੱਸ ਮਾਈਨਸ ਤੇ ਕਲਿੱਕ ਕੀਤਾ ਇੱਥੇ ਆਪਣੇ ਕੋਲ ਸਿੰਬਲ ਆ ਗਏ ਜੀ ਆ ਦੇਖੋ ਆਪਣੇ ਕੋਲੇ ਲੈਸ ਦੈਨ ਇਕੁਅਲ ਟੂ ਦੇ ਸਿੰਬਲ ਗ੍ਰੇਟਰ ਦੈਨ ਇਕੁਅਲ ਟੂ ਦੇ ਬਾਈਨਰੀ ਆਪਰੇਸ਼ਨ ਦੇ ਜੀ ਰਿਲੇਸ਼ਨ ਦੇ ਆਪਣੇ ਕੋਲ ਸਾਈਨ ਹੁੰਦੇ ਆ ਸਬਸੈਟ ਸੁਪਰਸੈਟ ਇਕੁਅਲ ਟੂ ਨਾਟ ਇਕੁਅਲ ਟੂ ਦੇ ਯੂਨੀਅਨ ਦੇ ਆਪਣੇ ਕੋਲੇ ਇੰਟਰਸੈਕਸ਼ਨ ਦੇ ਸਿੰਬਲ ਆ ਗਏ ਲੌਜੀਕ ਆਪਰੇਟਰ ਜਾ ਕੇ ਜੀ ਸਿੰਪਲ ਬਾਈਨਰੀ ਆਪਰੇਟਰ ਆ ਗਏ ਆਪਣੇ ਕੋਲੇ ਪਲੱਸ ਮਾਈਨਸ ਡਿਵਾਈਡ ਮਲਟੀਪਲੀਕੇਸ਼ਨ ਸੈਕਟਰਾ ਸੋ ਇਥੇ ਪਾਈ ਦੇ ਸਿੰਬਲ ਤੇ ਤੁਸੀਂ ਬਾਕੀ ਦੇਖ ਸਕਦੇ ਹੋ ਜੀ ਅਲਫਾ ਬੀਟਾ ਗਾਮਾ ਲੈਮਡਾ ਅਬਸਾਈਲਨ ਪਾਈ ਫਾਈ ਐਦਾਂ ਸਾਰੇ ਜਿਹੜੇ ਵੀ ਆਪਣੇ ਕੋਲ ਮੈਥ ਦੇ ਵਿੱਚ ਸਿੰਬਲ ਯੂਜ਼ ਹੁੰਦੇ ਆ ਜੀ ਉਹ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਆ ਗਏ ਆਪਾਂ ਜਦੋਂ ਵੀ ਇਨਸਰਟ ਕਰਨਾ ਚਾਹੁੰਦੇ ਆ ਇੱਥੋਂ ਕਰ ਸਕਦੇ ਆ ਜੀ ਆਪਣੇ ਕੋਲ ਐਰੋ ਦੇ ਸਿੰਬਲ ਆ ਜੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੇ ਐਰੋ ਦੀ ਜਰੂਰਤ ਆ ਇਸ ਤੋਂ ਇਲਾਵਾ ਆਪਣੇ ਕੋਲੇ ਇੱਥੇ ਯੂਨਿਟਸ ਹਨ ਜੀ ਲੈਂਥ ਵੋਲੀਅਮ ਟਾਈਮ ਏਰੀਆ ਪਾਰਟਸ ਮਾਸ ਐਸੈਟਰਾ ਐਂਡ ਆਪਣੇ ਕੋਲ ਬਾਕਫਕ ਤਰ੍ਹਾਂ ਦੇ ਆ ਬ੍ਰੈਕਟਸ ਹਨ ਜੀ ਤੁਸੀਂ ਬ੍ਰੈਕਟ ਦੇਖ ਸਕਦੇ ਹੋ ਜਿਹੜੇ ਵੀ ਟਾਈਪ ਦੇ ਆਪਾਂ ਨੂੰ ਬ੍ਰੈਕਟ ਦੀ ਲੋੜ ਆ ਆਪਾਂ ਯੂਜ਼ ਕਰ ਸਕਦੇ ਹਾਂ ਆ ਆਪਣੇ ਕੋਲ ਇੱਕ ਇੰਪੋਰਟੈਂਟ ਜੀ ਮੈਟ੍ਰਿਕਸ ਐਂਡ ਡਿਟਰਮਨੈਂਟ ਆਪਣੇ ਕੋਲ ਟੌਪਿਕ ਆ ਤਾਂ ਮੈਟ੍ਰਿਕਸ ਦੇ ਜਿਹੜੇ ਵੀ ਸਿੰਬਲ ਆ ਉਹ ਆਪਣੇ ਕੋਲ ਹੈਗੇ ਆ ਜੀ ਸੋ ਇੱਥੇ ਆਪਣੇ ਕੋਲ ਕੁਝ ਹੋਰ ਸਿੰਬਲ ਹੈਗੇ ਆ ਜੀ ਸੋ ਆਪਾਂ ਜਿਹੜੇ ਵੀ ਟਾਈਪ ਦਾ ਸਿੰਬਲ ਚਾਹੀਏ ਆਪਾਂ ਯੂਜ਼ ਕਰ ਸਕਦੇ ਆ। ਸਪੋਜ਼ ਆਪਾਂ ਹੁਣ ਆਪਣਾ ਕੁਐਸਚਨ ਸੀਗਾ ਵੀ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਸੋ ਆਪਾਂ ਇੱਥੇ ਸਪੋਜ਼ ਆਪਾਂ ਫਾਰਮੂਲਾ ਇਨਸਰਟ ਕਰਨੇ ਆ। ਸੋ ਆਪਾਂ ਹੁਣ ਇੱਕ ਫਾਰਮੂਲਾ ਇਨਸਰਟ ਕਰਦੇ ਆ ਜੀ a2 b2 c2 ਦਾ। ਸੋ ਦੇ ਲਈ ਮੈਂ ਕੀ ਕੀਤਾ ਜੀ ਮੈਂ a ਟਾਈਪ ਕਰ ਲਈ। ਹੁਣ ਮੈਂ ਇਹਦੀ ਸਕੁਅਰ ਪਾਉਣੀ ਆ ਜੀ ਉੱਪਰ। ਸੋ ਮੈਂ ਇੱਥੇ x ਸਕੁਅਰ ਦੇ ਉੱਤੇ ਜਿਹੜੇ ਫਾਰਮੂਲੇ ਬਣੇ ਮੈਥੋਂ ਖੋਲ ਕੇ ਆ ਦੇਖੋ ਜੀ ਮੇਰੇ ਕੋਲ ਆ ਪਿਆ ਫਾਰਮੂਲਾ a ਦੀ ਪਾਵਰ b ਵਾਲਾ। ਸੋ ਮੈਂ ਸੁਪਰ ਸਕ੍ਰਿਪਟ ਵਾਲਾ ਪਾਵਰ ਵਾਲਾ ਫਾਰਮੂਲਾ ਚੂਜ਼ ਕੀਤਾ ਸੋ ਇੱਥੇ ਮੈਂ ਟੂ ਪਾਤਾ ਜੀ ਦੇਖੋ ਤਾਂ ਮੇਰਾ a ਦੀ ਪਾਵਰ 2 ਜਿਹੜਾ ਸੀਗਾ ਉਹ ਇਨਸਰਟ ਹੋ ਗਿਆ ਜੀ ਹੁਣ ਮੰਨ ਲਓ ਮੈਂ ਇੱਥੇ ਪਲੱਸ ਦਾ ਸਿੰਬਲ ਪਾਉਣਾ ਜੀ ਸੋ ਮੈਂ ਆਪਦੇ ਕੀਬੋਰਡ ਤੋਂ ਜੋੜ ਦਾ ਨਿਸ਼ਾਨ ਦੱਬਿਆ ਸੋ ਮੇਰੇ ਕੋਲ ਪਲੱਸ ਦਾ ਸਿੰਬਲ ਪੈ ਗਿਆ ਹੁਣ ਮੈਂ b ਸਕੁਅਰ ਪਾਉਣਾ ਜੀ ਸੋ ਪਹਿਲਾਂ ਮੈਂ ਕੀ ਪ੍ਰੈਸ ਕਰਿਆ ਜੀ b ਪ੍ਰੈਸ ਕਰ ਲਿਆ ਆਪਦੇ ਕੀਬੋਰਡ ਦੇ ਉੱਤੇ ਫਿਰ ਮੈਂ x ਸਕੁਅਰ ਦੇ ਉੱਤੇ ਜਾ ਕੇ ਇੱਥੋਂ ਮੈਂ ਜਿਹੜਾ ਆਪਣੇ ਕੋਲ ਪਾਵਰ ਵਾਲਾ ਸਿੰਬਲ ਸੀ ਉਹਦੇ ਉੱਤੇ ਕਲਿੱਕ ਕਰਕੇ ਇੱਥੋਂ ਮੇਰੇ ਕੀ ਕਰ ਲਿਆ b ਸਕੁਅਰ ਇਨਸਰਟ ਕਰ ਲਿਆ ਜੀ ਸੋ ਮੈਂ ਹੁਣ ਨੈਕਸਟ ਇਕੁਅਲ ਟੂ ਦਾ ਸਾਈਨ ਪਾਉਣਾ ਸੋ ਮੈਂ ਬਰਾਬਰ ਦਾ ਸਾਈਨ ਪਾਤਾ ਹੁਣ ਮੈਂ ਇਹਨੂੰ ਸੀ ਸਕੁਅਰ ਦੇ ਬਰਾਬਰ ਪਾਉਣਾ ਸੋ ਮੈਂ ਇੱਥੇ ਸੀ ਟਾਈਪ ਕੀਤਾ ਜੀ ਹੁਣ ਇਹਦੀ ਪਾਵਰ ਮੈਂ 2 ਪਾਉਣੀ ਆ ਸੋ ਮੈਂ ਇੱਥੇ ਕਲਿੱਕ ਕਰਤਾ ਸੋ ਇੱਥੋਂ ਮੈਂ ਹੁਣ ਕੀ ਕਰਤਾ ਦੋ ਬਟਾ ਸੋ ਮੇਰਾ ਫਾਰਮੂਲਾ ਬਣ ਗਿਆ a² b² c² ਸੋ ਮੈਂ ਹੁਣ ਇਸ ਫਾਰਮੂਲੇ ਨੂੰ ਆਪਣੇ ਜਿਹੜਾ ਗੂਗਲ ਕੁਇਜ਼ ਆ ਉਸ 'ਚ ਇਨਸਰਟ ਕਰਨਾ ਉਹਦੇ ਲਈ ਮੈਨੂੰ ਕੀ ਕਰਨਾ ਪਊਗਾ ਤੁਸੀਂ ਨੀਚੇ ਦੇਖ ਸਕਦੇ ਹੋ ਜੀ ਆਪਣੇ ਕੋਲ ਕੀ ਆ ਰਿਹਾ ਐਕਸ਼ਨ ਕੈਨਸਲ ਕਲੀਅਰ ਐਂਡ ਕ੍ਰੀਏਟ ਲਿੰਕ ਤਾਂ ਤੁਸੀਂ ਇੱਥੋਂ ਕੀ ਕਰਨਾ ਜੀ ਤੁਸੀਂ ਕ੍ਰੀਏਟ ਲਿੰਕ ਦੇ ਉੱਪਰ ਕਲਿੱਕ ਕਰ ਲੈਣਾ ਸੋ ਜਦੋਂ ਮੈਂ ਕ੍ਰੀਏਟ ਲਿੰਕ ਤੇ ਕਲਿੱਕ ਕੀਤਾ ਜੀ ਸੋ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਲਿੰਕ ਬਣ ਗਿਆ ਉਹ ਕਹਿੰਦਾ ਪ੍ਰੈਸ ਕੰਟਰੋਲ ਪਲੱਸ ਸੀ ਆਪਾਂ ਕੰਟਰੋਲ ਸੀ ਦੱਬ ਕੇ ਇਹਨੂੰ ਕੀ ਕਰਾਂਗੇ ਕਾਪੀ ਕਰਾਂਗੇ ਜੀ ਲਿੰਕ ਨੂੰ ਸੋ ਮੈਂ ਕੰਟਰੋਲ ਦੇ ਨਾਲ ਸੀ ਕ੍ਰੀਪ ਪ੍ਰੈਸ ਕੀਤੀ ਸੋ ਮੇਰਾ ਲਿੰਕ ਕੀ ਹੋ ਗਿਆ ਕਾਪੀ ਹੋ ਗਿਆ ਸਕਰੀਨ ਤੇ ਵੀ ਆ ਗਿਆ ਲਿੰਕ ਸਕਸੈਸਫੁਲੀ ਕਾਪੀ ਟੂ ਕਲਿੱਕਬੋਰਡ ਸੋ ਮੈਂ ਇੱਥੋਂ ਹੁਣ ਦੇਖੋ ਆਪਣਾ ਕਲੋਸ ਤੇ ਕਲਿੱਕ ਕਰ ਲਿਆ ਹੁਣ ਮੈਂ ਇੱਥੇ ਪਹਿਲੀ ਆਪਸ਼ਨ ਚ ਇਨਸਰਟ ਕਰਨਾ ਜੀ ਸੋ ਮੈਂ ਕਿਵੇਂ ਇਨਸਰਟ ਕਰੂੰਗਾ ਤੁਸੀਂ ਇੱਥੇ ਦੇਖ ਸਕਦੇ ਹੋ ਪਿਕਚਰ ਦਾ ਸਿੰਬਲ ਆ ਰਿਹਾ ਜੀ ਐਡ ਅ ਇਮੇਜ ਸੋ ਮੈਂ ਐਡ ਅ ਇਮੇਜ ਦੇ ਉੱਤੇ ਕਲਿੱਕ ਕੀਤਾ ਇੱਥੋਂ ਮੇਰੇ ਕੋਲ ਅਪਲੋਡ ਕੈਮਰਾ ਬਾਏ ਯੂਆਰਐਲ ਸੋ ਆਪਾਂ ਯੂਆਰਐਲ ਕਾਪੀ ਕੀਤਾ ਵਾ ਜੀ ਮੈਂ ਬਾਏ ਯੂਆਰਐਲ ਤੇ ਕੀਤਾ ਇੱਥੇ ਆਪਾਂ ਪੇਸਟ ਕਰ ਸੋ ਕੰਟਰੋਲ ਦੇ ਨਾਲ ਵੀ ਵੈਨ ਵਾਲੀ ਮੈਂ ਪ੍ਰੈਸ ਕਰਤੀ ਪ੍ਰੈਸ ਹੋਂਸਾਰੇ ਇਹ ਮੇਰਾ ਪੇਸਟ ਹੋ ਗਿਆ ਲਿੰਕ ਸੋ ਮੇਰੇ ਕੋਲ ਫਾਰਮੂਲਾ ਆ ਗਿਆ A2 B2 C2 ਸੋ ਮੈਂ ਕਲਿੱਕ ਕਰੂੰਗਾ ਜੀ ਇਨਸਰਟ ਇਮੇਜ ਦੇ ਉੱਤੇ ਸੋ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਕੁਇਜ਼ ਦੇ ਵਿੱਚ ਜਿਹੜਾ ਮੇਰਾ ਫਸਟ ਮੈਂ ਫਾਰਮੂਲਾ ਟਾਈਪ ਕੀਤਾ ਸੀ A2 B2 C2 ਉਹ ਕੀ ਹੋ ਚੁੱਕਿਆ ਜੀ ਆਪਣੇ ਕੋਲੇ ਟਾਈਪ ਹੋ ਚੁੱਕਿਆ ਆ ਹੁਣ ਸੈਕੰਡ ਆਪਸ਼ਨ ਐਡ ਕਰਨੀ ਆ ਜੀ B ਤੇ ਉਹ ਆਪਾਂ ਕਿਵੇਂ ਐਡ ਕਰਨੀ ਆ ਉਹੀ ਬਿਲਕੁਲ ਆਪਾਂ ਕੀ ਕਰਨਾ ਜੀ ਸਟੈਪ ਹੈਪੀ ਐਡਆਨਸ ਤੇ ਜਾਣਾ ਐਡਆਨਸ ਤੇ ਮੇਰੇ ਕੋਲ ਕੀ ਹੈ ਹਾਈਪੀਸ਼ੀਆ ਹਾਈਪੀਸ਼ੀਆ ਤੇ ਮੈਂ ਕਲਿੱਕ ਕੀਤਾ ਇਨਸਰਟ ਐਡਿਟ ਮੈਥ ਸੋ ਸੁਪੋਜ਼ ਕਰੋ ਹੁਣ ਆਪਾਂ ਕੋਈ ਵੀ ਹੋਰ ਆਪਾਂ ਪਹਿਲਾਂ ਪਾਵਰ ਵਾਲੀ ਇਕੇਸ਼ਨ ਇਨਸਰਟ ਕਰਕੇ ਦੇਖੀ ਸੀ ਜੀ ਹੁਣ ਆਪਾਂ ਕੋਈ ਹੋਰ ਟਾਈਪ ਦੀ ਸੋ ਮੈਂ ਕੰਟੀਨਿਊ ਤੇ ਕਲਿੱਕ ਕੀਤਾ ਆਪਣਾ ਹਾਈਪੀਸ਼ੀਆ ਲੋਡ ਹੋ ਰਿਹਾ ਜੀ ਸੋ ਮੈਂ ਹੁਣ ਇਹਦੇ ਵਿੱਚ ਆਪਣਾ ਕੋਈ ਹੋਰ ਫਾਰਮੂਲਾ ਇਨਸਰਟ ਕਰਨਾ ਜੀ ਸਪੋਜ਼ ਮੈਂ ਸਾਈਨ ਵਾਲੇ ਫਾਰਮੂਲੇ ਇਨਸਰਟ ਕਰਨੇ ਆ ਜਾਂ ਸਪੋਜ਼ ਕੋਈ ਲਿਮਟ ਵਾਲਾ ਫਾਰਮੂਲਾ ਇਨਸਰਟ ਕਰਨਾ ਜੀ ਤਾਂ ਮੈਂ ਇੱਥੋਂ ਸਾਈਨ ਤੇ ਕਲਿੱਕ ਕੀਤਾ ਜੀ ਇੱਥੇ ਮੇਰੇ ਕੋਲ ਦੇਖੋ ਆ ਰਿਹਾ ਲਿਮਟ A ਟੂ ja. so, si si. B ਸਪੋਜ਼ ਮੈਂ A ਇਨਸਰਟ ਕਰਨਾ ਚਾਹਣਾ ਸੋ ਮੇਰੀ ਲਿਮਟ ਇੱਥੇ ਇਨਸਰਟ ਹੋ ਗਈ ਇੱਥੇ ਮੈਂ ਕੁਝ ਵੀ ਪਾ ਲਿਆ ਜੀ ਸਪੋਜ਼ A ਪਾਉਣਾ ਸੀਗਾ A ਟੂ B ਉਹ ਹੀ ਪਾਉਣੀ ਸੀ ਇੱਥੇ ਮੈਂ B ਪਾ ਦਿੱਤਾ ਠੀਕ ਹੈ ਇੱਥੇ ਮੈਂ ਹੁਣ ਕੋਈ ਵੀ ਸਪੋਜ਼ ਫੰਕਸ਼ਨ ਟਾਈਪ ਕਰਨਾ ਜੀ ਆਪ ਦਾ ਲਾਈਕ ਆ ਆਪਾਂ ਕੋਈ ਵੀ ਫਾਈਨ ਦਾ ਫੰਕਸ਼ਨ ਇਨਸਰਟ ਕਰਨਾ ਚਾਹੁੰਨੇ ਆ ਸਪੋਜ਼ ਮੈਂ ਸਾਈਨ ਨਾਲ ਆ ਸਾਈਨ ਲੈ ਲਿਆ ਇਹਦੇ ਨਾਲ ਆਪਾਂ ਸਾਈਨ ਐਕਸ ਲੈ ਲਏ ਜੀ ਸਪੋਜ਼ ਸੋ ਸਾਈਨ ਏ ਲੈ ਲਏ ਆ ਚਲੋ ਸਾਈਨ ਏ ਲੈ ਲਿਆ ਏ ਆਪਾਂ ਇੱਕ ਕਰ ਲਿਆ ਸਪੋਜ਼ ਆਪਾਂ ਕੁਝ ਹੋਰ ਇਨਸਰਟ ਕਰਨਾ ਆਪਾਂ ਪਲੱਸ ਦਾ ਸਿੰਬਲ ਪਾ ਲਿਆ ਆ ਇੱਥੋਂ ਮੰਨ ਲਓ ਆਪਾਂ ਜੀ ਆ ਕੋਈ ਵੀ ਇੱਥੇ ਦੇਖੋ ਜੀ ਸਪੋਜ਼ ਆਪਾਂ ਲੌਗ ਦਾ ਕੋਈ ਫੰਕਸ਼ਨ ਜਾਂ ਆ ਆਪਾਂ ਵਟਿਆਂ ਵਾਲੀ ਰਕਮ ਫ੍ਰੈਕਸ਼ਨ ਪਾਉਣੀ ਆ ਸੋ ਆਪਾਂ ਫ੍ਰੈਕਸ਼ਨ ਦੇ ਉੱਤੇ ਕਲਿੱਕ ਕਰ ਲਿਆ ਇੱਥੇ ਮੈਂ ਕੁਝ ਵੀ ਲਿਖਤਾ ਸਪੋਜ਼ 4/5 ਲਿਖਤਾ ਇਹ ਇਨਸਰਟ ਹੋ ਗਿਆ ਆਪਣੇ ਕੋਲੇ ਹੁਣ ਸਪੋਜ਼ ਆਪਾਂ ਮਾਈਨਸ ਦਾ ਸਿੰਬਲ ਇਨਸਰਟ ਕਰਨਾ ਸੀ ਮਾਈਨਸ ਦਾ ਸਿੰਬਲ ਇਨਸਰਟ ਹੋ ਗਿਆ ਜੀ ਅਗੇਨ ਆਪਾਂ ਇਥੋਂ ਕੋਈ ਹੋਰ ਫੰਕਸ਼ਨ ਕਿਸੇ ਤਰ੍ਹਾਂ ਦਾ ਇਨਸਰਟ ਕਰਨਾ ਹੋਵੇ ਆ ਲਾਈਕ ਆਪਾਂ ਡੈਰੀਵੇਟਿਵ ਇਨਸਰਟ ਕਰਨਾ ਕਿਸੇ ਵੀ ਫੰਕਸ਼ਨ ਦਾ ਸੋ ਡੀ ਓਵਰ ਡੀ ਐਕਸ ਮੈਂ ਸਿਲੈਕਟ ਕਰ ਲਿਆ ਇੱਥੇ ਵਿਦ ਰਿਸਪੈਕਟ ਟੂ ਸਪੋਜ ਆਪਾਂ ਕੋਈ ਵੀ ਇਕੁਏਸ਼ਨ ਦੇਣੀ ਆ ਪਾਉ ਦੇਖ ਸਕਦੇ ਆ ਜਾਂ ਕੋਈ ਸਿੰਪਲ ਕਨਸਟੈਂਟ ਦੇਣਾ ਸਪੋਜ ਉਹ ਦਿੱਤਾ ਸਪੋਜ ਮੈਂ 5 ਕਨਸਟੈਂਟ ਦੇਣਾ ਸੀ ਉਹ ਦਿੱਤਾ ਜੀ ਮਤਲਬ ਐਨੀਥਿੰਗ ਜਿਹੜਾ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਉਹ ਤੁਸੀਂ ਇੱਥੇ ਇਨਸਰਟ ਕਰ ਸਕਦੇ ਹੋ ਸਪੋਜ਼ ਐ ਜੀ ਸੀ ਆਪਾਂ ਕੋਈ ਫੰਕਸ਼ਨ ਬਣਾ ਲਿਆ ਕੁਝ ਵੀ ਐ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਕਰ ਰਿਹਾ ਜੀ ਤੁਸੀਂ ਆਪ ਦੀ ਸਥੂਲ ਦੇ ਅਨਸਾਰ ਜੋ ਤੁਹਾਨੂੰ ਲੋਡ ਆਉ ਕਰ ਸਕਦੇ ਹੋ ਸਪੋਜ਼ ਆਪਾਂ ਇਹ ਸਾਰਾ ਇਨਸਰਟ ਕਰਨਾ ਜੀ ਸੋ ਮੈਂ ਇੱਥੇ ਅਗੇਨ ਕੀ ਕਰੂੰਗਾ ਹੁਣ ਕ੍ਰੀਏਟ ਲਿੰਕ ਦੇ ਉੱਤੇ ਕਲਿੱਕ ਕਰੂੰਗਾ ਸੋ ਮੈਂ ਕ੍ਰੀਏਟ ਲਿੰਕ ਤੇ ਕਲਿੱਕ ਕਰਤਾ ਜੀ ਹੁਣ ਆਪਣੇ ਕੋਲ ਲਿੰਕ ਬਣ ਜਾਏਗਾ ਸੋ ਲਿੰਕ ਸ਼ੋ ਹੋਣ ਲੱਗ ਗਿਆ ਇਹਨੂੰ ਮੈਂ ਕੰਟਰੋਲ ਸੀ ਕਰਕੇ ਕਾਪੀ ਕਰ ਲਿਆ ਜੀ ਲਿੰਕ ਨੂੰ ਸੋ ਮੇਰਾ ਲਿੰਕ ਕੀ ਹੋ ਗਿਆ ਕਾਪੀ ਹੋ ਗਿਆ ਹੁਣ ਅਗੇਨ ਮੈਂ ਕੀ ਕਰੂੰਗਾ ਜੀ ਇੱਥੇ ਮੈਂ ਸੈਕਿੰਡ ਆਪਸ਼ਨ ਤੇ ਇਨਸਰਟ ਕਰਨਾ ਸੀ ਸੋ ਮੈਂ ਇਥੋਂ ਐਡ ਇਮੇਜ ਤੇ ਕਲਿੱਕ ਕਰੂੰਗਾ ਐਡ ਇਮੇਜ ਤੇ ਮੈਂ ਜਾਊਂਗਾ ਵਾਈ ਜੂਆਰਲ ਐਲ ਐ ਤੇ ਇੱਥੇ ਮੈਂ ਯੂਆਰਐਲ ਕੀ ਕਰ ਦੂੰਗਾ ਜਿਹੜਾ ਮੈਂ ਕਾਪੀ ਕਰਿਆ ਸੀ ਉਹਨੂੰ ਪੇਸਟ ਕਰ ਦੂੰਗਾ ਸੋ ਜਿਹੜਾ ਆਪਾਂ ਫੰਕਸ਼ਨ ਉੱਥੇ ਟਾਈਪ ਕਰਿਆ ਸੀਗਾ ਜੀ ਉਹ ਆਪਣੇ ਕੋਲੇ ਕੀ ਹੋ ਗਿਆ ਇੱਥੇ ਇਨਸਰਟ ਕਰ ਸਕਦੇ ਆ ਮੈਂ ਇਹਨੂੰ ਕੀ ਕਰਤਾ ਇਨਸਰਟ ਇਮੇਜ ਦੇ ਉੱਤੇ ਕਲਿੱਕ ਕਰਤਾ ਸੋ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਜਿਹੜੀਆਂ ਆਪਸ਼ਨਾਂ ਸੀਗੀਆਂ ਉਹਦੇ ਵਿੱਚ ਆਪਣੇ ਜਿਹੜਾ ਫੰਕਸ਼ਨ ਸੀਗਾ ਉਹ ਕੀ ਹੋ ਗਿਆ ਇਨਸਰਟ ਹੋ ਗਿਆ ਜੀ ਸੋ ਇਹ ਆਪਣੇ ਕੋਲ ਸੀਗਾ ਜੀ ਇੱਕ ਮੈਥਡ ਜਿਹੜਾ ਆਪਾਂ ਐਡ-ਆਨਸ ਦੀ ਸਹਾਇਤਾ ਦੇ ਨਾਲ ਆਪਾਂ ਕਰ ਸਕਦੇ ਆ। ਸੋ ਹੁਣ ਆਪਾਂ ਇੱਕ ਹੋਰ ਮੈਥਡ ਕਰਦੇ ਆਂ ਜੀ ਜੇ ਸੁਪੋਜ਼ ਕਰੋ ਆਪਾਂ ਨੂੰ ਹਾਈ ਪੀਸ਼ੀਆ ਯੂਜ਼ ਕਰਨ ਦੇ ਵਿੱਚ ਥੋੜੀ ਦਿੱਕਤ ਆਉਂਦੀ ਆ ਤਾਂ ਆਪਾਂ ਇੱਕ ਹੋਰ ਮੈਥਡ ਯੂਜ਼ ਕਰ ਸਕਦੇ ਆ ਬਟ ਮੈਨੂੰ ਲੱਗਦਾ ਕਿ ਜਿਹੜਾ ਆਪਾਂ ਇਹ ਮੈਥਡ ਦੀ ਗੱਲ ਕੀਤੀ ਇਹ ਸਭ ਤੋਂ ਸੌਖਾ ਆ ਜੀ ਬੜੇ ਆਸਾਨੀ ਦੇ ਨਾਲ ਆਪਾਂ ਮੈਥ ਦਾ ਕੋਈ ਵੀ ਫਾਰਮੂਲਾ ਕੋਈ ਵੀ ਸਿੰਬਲ ਆ ਉਹ ਇਨਸਰਟ ਕਰ ਸਕਦੇ ਆ। ਸੋ ਆਪਾਂ ਸੈਕੰਡ ਮੈਥਡ ਕੀ ਆ ਜੀ ਉਹਦੇ ਲਈ ਕੀ ਕਰਨਾ ਆ ਜੀ ਆਪਾਂ ਆਪਣਾ ਜਿਹੜਾ ਵੈਬ ਬ੍ਰਾਊਜ਼ਰ ਆ ਜੀ ਉਹਦੇ ਵਿੱਚ ਆਪਾਂ ਇੱਕ ਵੈਬਸਾਈਟ ਸਰਚ ਕਰਨੀ ਆ ਜੀ c o d e c o g s codecogs ਸੋ ਮੈਂ ਇਹਨੂੰ ਜਦੋਂ ਗੂਗਲ ਦੇ ਵਿੱਚ ਸਰਚ ਕੀਤਾ ਜੀ ਸੋ ਦੇਖੋ ਮੇਰੇ ਕੋਲ ਇੱਥੇ ਆ ਰਿਹਾ latex latex equation editor codecogs ਸੋ ਮੈਂ ਇਹ ਵਾਲਾ ਲਿੰਕ ਆਪਦਾ ਕੀ ਕਰ ਲਿਆ ਖੋਲ ਲਿਆ ਜੇ ਸੋ ਦੇਖੋ ਇੱਥੇ ਮੇਰੇ ਕੋਲ ਇੱਕ ਆ ਵੈਬਸਾਈਟ ਓਪਨ ਹੋ ਜੂਗੀ ਜੀ ਇੱਥੇ ਹੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਉਵੇਂ ਦੇਖੋ ਮੈਥ ਦੇ ਫਾਰਮੂਲੇ ਆ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਆ ਆਪਣੇ ਆ ਐਕਸਪਲੇਨਸ਼ਨ ਹੋ ਗਏ ਜੀ ਲਿਮਟ ਵਾਲੇ ਆਪਣੇ ਕੋਲੇ ਫਾਰਮੂਲੇ ਬੰਦੇ ਪਏ ਆ ਜੀ ਕੋਈ ਵੀ ਲੈ ਸਕਦੇ ਹੋ ਤੁਸੀਂ ਜਿਸ ਟਾਈਪ ਦੇ ਆਪਾਂ ਨੂੰ ਲੋੜ ਆ ਉਹ ਲੈ ਸਕਦੇ ਆ ਆਪਾਂ ਦੇਖੋ ਤੁਸੀਂ ਦੇਖਦੇ ਆ ਆਪਣੇ ਕੋਲ ਆ ਰਿਹਾ ਟਾਈਪ ਯੂਰ ਇਕੇਸ਼ਨ ਇਨ ਥਿਸ ਬਾਕਸ ਸੋ ਆਪਾਂ ਇਸ ਬਾਕਸ ਦੇ ਵਿੱਚ ਆਪਣੀ ਜਿਹੜੀ ਇਕੇਸ਼ਨ ਆ ਉਹ ਇਨਸਰਟ ਕਰਨੀ ਆ ਜੀ ਸਪੋਜ਼ ਮੈਂ ਕੋਈ ਵੀ ਲਿਮਟ ਵਾਲਾ ਫੰਕਸ਼ਨ ਚੂਜ਼ ਕਰਨਾ ਚਾਹਣਾ ਜੀ ਜਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ a^2 b^2 ਵਾਲੀ ਉਹੀ ਆਪਾਂ ਦੁਬਾਰਾ ਇਨਸਰਟ ਕਰਨਾ ਚਾਉਣੇ ਆ ਸੋ ਮੈਂ ਇੱਥੇ ਦੇਖੋ ਮੇਰੇ ਕੋਲ ਆ ਆ ਰਿਹਾ ਜੀ ਇੱਥੇ ਸਬਸਕ੍ਰਿਪਟ ਆ ਸੁਪਰਸਕ੍ਰਿਪਟ ਆ ਇਹ ਸਾਰਾ ਕੁਝ ਆਪਣੇ ਕੋਲ ਸ਼ੋ ਹੋ ਰਿਹਾ ਸੋ ਤੁਸੀਂ ਜਿਹੜੀ ਟਾਈਪ ਚਾਹਣੇ ਹੋ ਜੀ ਉਹ ਆਪਾਂ ਸਿਲੈਕਟ ਕਰ ਲਾਂਗੇ ਸਪੋਜ਼ ਮੈਂ a^2 a ਦੇ ਉੱਪਰ ਸਕੁਅਰ ਪਾਉਣਾ ਜੀ ਸੋ ਮੈਂ ਇਹ ਸਿਲੈਕਟ ਕੀਤਾ ਆ ਸੁਪਰਸਕ੍ਰਿਪਟ ਏ ਦੇ ਨਾਲ ਇੱਥੇ ਮੈਂ ਸਕੁਏਰ ਪਾਉਣਾ ਸੀ ਸੋ ਸਕੁਏਰ ਟਾਈਪ ਕਰਤਾ ਜੀ ਤੁਸੀਂ ਦੇਖ ਸਕਦੇ ਹੋ ਇੱਥੇ نیچے ਆਪਣੇ ਕੋਲ a² ਟਾਈਪ ਹੋ ਚੁੱਕਿਆ ਜੀ ਠੀਕ ਹੈ ਹੁਣ ਮੈਂ ਸਪੋਜ਼ ਇੱਥੇ ਕਿਉਂਕਿ ਆਪਣੀਆਂ ਇੱਕ ਆਪਸ਼ਨ ਬਣਾਉਣੀ ਆ ਸਪੋਜ਼ ਮੈਂ ਇੱਥੇ ਮਾਈਨਸ ਪਾਤਾ ਜੀ a² b² ਦਾ ਫਾਰਮੂਲਾ ਸੋ ਮੈਂ ਇੱਥੇ b ਸਿਲੈਕਟ ਕੀਤਾ ਜੀ ਹੁਣ ਆਪਾਂ ਇਹਦੇ ਉੱਪਰ ਪਾਵਰ ਪਾਉਣੀ ਆ ਸੋ ਆਪਾਂ ਇੱਥੋਂ ਉਸੇ ਉਹੀ ਫਾਰਮੂਲੇ ਤੋਂ ਖੋਲ ਕੇ ਇੱਥੋਂ ਪਾਵਰ ਵਾਲੀ ਸਿਲੈਕਟ ਕੀਤੀ b² ਸੋ ਦੇਖੋ ਮੇਰੇ ਕੋਲ ਇੱਥੇ نیچے ਤੁਸੀਂ ਦੇਖ ਸਕਦੇ ਹੋ a² b² ਆਪਣੇ ਕੋਲੇ ਫਾਰਮੂਲਾ ਬਣ ਗਿਆ ਜੀ ਸਪੋਜ਼ ਆਪਾਂ ਇੱਥੇ ਦਾ ਸਾਈਨ ਪਾਇਆ ਇੱਥੇ ਆਪਾਂ ਪਾਉਣਾ ਜੀ a b ਸੋ ਆਪਣੇ ਸਿੰਪਲੀ ਕੀਬੋਰਡ ਦੇ ਉੱਤੋਂ ਪੈ ਜਾਏਗਾ ਸੋ ਇੱਕ ਆਪਾਂ ਪਾਉਣੇ ਆ ਜੀ a, b. So, so, a b a b ਮਾਰ ਦਿਓ ਸੋ ਦੇਖੋ ਮੇਰੇ ਕੋਲ ਇੱਕ ਆ ਫਾਰਮੂਲਾ ਰੈਡੀ ਹੋ ਗਿਆ ਜੀ ਹੁਣ ਮੈਂ ਇਹਨੂੰ ਆਪਣੇ ਕਿਵੇਂ ਲੈ ਕੇ ਜਾਣਾ ਜੀ ਤੁਸੀਂ ਦੇਖੋ ਆਪਣੇ ਕੋਲ نیچے ਬਾਕਸ ਦੇ ਵਿੱਚ ਆ ਲਿੰਕ ਬਣਿਆ ਹੋਇਆ ਜੀ ਇਹਦਾ ਯੂਆਰਐਲ ਸੋ ਮੈਂ ਇਹ ਸਾਰੇ ਲਿੰਕ ਦੇ ਵਿੱਚ ਬਾਕਸ ਦੇ ਵਿੱਚ ਕਲਿੱਕ ਕੀਤਾ ਜੀ ਕਾਪੀ ਕਰ ਰਿਹਾ ਜੀ ਮੈਂ ਇਹਨੂੰ ਕੰਟਰੋਲ ਸੀ ਦੱਬ ਕੇ ਕੰਟਰੋਲ ਦੇ ਨਾਲ ਜਦੋਂ ਮੈਂ ਸੀ ਦੱਬਿਆ ਜੀ ਤਾਂ ਮੇਰਾ ਇਹ ਲਿੰਕ ਕੀ ਹੋ ਗਿਆ ਕਾਪੀ ਹੋ ਗਿਆ ਆਹ ਵਾਲੇ ਫਾਰਮੂਲੇ ਦਾ ਹੁਣ ਮੈਂ ਇਹਨੂੰ ਆਪਦੀ ਵਾਪਸ ਗੂਗਲ ਕੁਇਜ਼ ਚ ਗਿਆ ਜੀ ਆਪਾਂ ਇੱਥੇ ਇਨਸਰਟ ਕਰਨਾ ਸੀ ਮੈਂ ਇੱਥੋਂ ਐਡ ਅਮੇਜ ਤੇ ਕਲਿੱਕ ਕੀਤਾ ਅਮੇ ਇੱਥੇ ਕਲਿੱਕ ਕਰਕੇ ਆਪਾਂ ਕੀ ਕਰਾਂਗੇ ਵਾਈ ਯੂਆਰਐਲ ਕਲਿੱਕ ਕਰਾਂਗੇ ਸੋ ਇੱਥੇ ਆਪਾਂ ਯੂਆਰਐਲ ਆਪਦਾ ਕੀ ਕਰਦੇ ਆਂਗੇ ਜੀ ਕੰਟਰੋਲ ਬੀ ਕਰਕੇ ਪੇਸਟ ਕਰਦੇ ਆਂਗੇ ਤੁਸੀਂ ਦੇਖੋ ਇਹ ਮੇਰਾ ਫਾਰਮੂਲਾ ਆ ਗਿਆ ਇੱਥੋਂ ਮੈਂ ਕੀ ਕਰੂੰਗਾ ਇਨਸਰਟ ਇਮੇਜ ਤੇ ਕਲਿੱਕ ਕਰ ਦੂੰਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਜਿਹੜਾ 3ਰਡ ਸੀਗਾ ਫਾਰਮੂਲਾ ਉਹ ਵੀ ਕੀ ਬਣ ਗਿਆ ਆਪਣੇ ਕੋਲੇ ਇਨਸਰਟ ਹੋ ਚੁੱਕਿਆ ਜੀ ਸਪੋਜ਼ ਮੈਂ ਇੱਕ ਹੋਰ ਆਪਾਂ ਪ੍ਰੈਕਟਿਸ ਕਰਦੇ ਆਂ ਆਪਾਂ ਚੌਥੀ ਆਪਸ਼ਨ ਇੱਥੇ ਐਡ ਕਰਨ ਲੱਗੇ ਆਂ ਜੀ ਸੋ ਮੈਂ ਇਸ ਵਾਪਸ ਆਪਾਂ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਤੁਸੀਂ ਕੋਡੈਕ ਕੌਗਸ ਦੇ ਨਾਮ ਤੇ ਸਰਚ ਮਾਰਨੀ ਆ ਤੁਹਾਡੇ ਕੋਲ ਇਹ ਐਡੀਟਰ ਖੁੱਲ ਜੂਗਾ ਇੱਥੇ ਤੁਸੀਂ ਆਪਦੇ ਕੋਈ ਵੀ ਓਕੇਸ਼ਨ ਕੀ ਕਰ ਸਕਦੇ ਹੋ ਬਣਾ ਸਕਦੇ ਹੋ ਜੀ ਸਪੋਜ਼ ਆਪਾਂ ਆਹ ਵਾਲੀ ਹੁਣ ਬਣਾਉਣੀ ਆ ਜੀ ਲਿਮਟ ਵਾਲੀ ਓਕੇਸ਼ਨ ਸੋ ਮੈਂ ਇੱਥੇ ਇਨਸਰਟ ਕੀਤਾ ਇੰਟੀਗ੍ਰੇਸ਼ਨ ਦਾ ਸਿੰਬਲ ਇੰਟੀਗ੍ਰੇਸ਼ਨ ਕਰ ਰਹੇ ਹਾਂ ਕਿ ਸੇਫ ਫੰਕਸ਼ਨ ਦਾ ਸਪੋਜ਼ ਆਪਾਂ ਇੰਟੀਗ੍ਰੇਸ਼ਨ ਕਰਨਾ ਜੀ x² ਸੋ ਮੈਂ x ਟਾਈਪ ਕੀਤਾ ਇੱਥੋਂ ਮੈਂ ਸਕੁਅਰ ਦਾ ਟਾਈਪ ਕਰ ਲਿਆ x² प्लस प्लस आप फ्रैक्शन एड करते हैं जी ए बाई बी सो इत पहले सिंबल जो मैं मान लो लिखता जी फाइव एक्स एंड दूसरे आप लिखता ओवर सैवन फाइव एक्स ओवर सैवन सो so अपा इस फंक्शन का इंटीग्रेसन सो मेरे को बन गया नीचे तो एक्स स्केर प्लस फाइव एक्स ओवर सैवन ਸੋ ਹੁਣ ਆਪਾਂ ਅਗੇਨ ਕੀ ਕਰਾਂਗੇ ਜੀ ਇੱਥੇ ਨੀਚੇ ਬਾਕਸ ਦੇ ਵਿੱਚੋਂ ਆਪਾਂ ਸਾਰਾ ਸਿਲੈਕਟ ਕਰ ਲਿਆ ਜੀ ਕੰਟਰੋਲ ਸੀ ਦੱਬਾਂਗੇ ਸੋ ਆਪਣਾ ਕੀ ਹੋ ਜੂਗਾ ਇਹ ਲਿੰਕ ਯੂਆਰਐਲ ਕੀ ਹੋ ਜੂਗਾ ਕਾਪੀ ਹੋ ਜੂਗਾ ਇਹਨੂੰ ਮੈਂ ਹੁਣ ਜਾ ਕੇ ਇੱਥੇ ਗੂਗਲ ਕਵਿਜ਼ ਤੇ ਵਾਪਸ ਆ ਗਿਆ ਜੀ ਇੱਥੋਂ ਮੈਂ ਐਡ ਇਮੇਜ ਤੇ ਕਲਿੱਕ ਕੀਤਾ ਸੋ ਐਡ ਇਮੇਜ ਦੇ ਵਿੱਚ ਜਾ ਕੇ ਮੈਂ ਕੀ ਕਰੂੰਗਾ ਵਾਈ ਯੂਆਰਐਲ ਸੋ ਇੱਥੇ ਮੈਂ ਕੀ ਕਰ ਦੂੰਗਾ ਆਪਦਾ ਲਿੰਕ ਪੇਸਟ ਕਰ ਦੂੰਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਮੇਰੀ ਸਮੀਕਰਨ ਇੱਥੇ ਬਣ ਚੁੱਕੀ ਆ ਮੈਂ ਇਨਸਰਟ ਮੇਜ ਦੇ ਉੱਤੇ ਕਲਿੱਕ ਕਰਤਾ ਤਾਂ ਤੁਸੀਂ ਦੇਖੋ ਕਿ ਆਪਣੇ ਕੋਲੇ ਇਹ ਕੀ ਆ ਇਨਸਰਟ ਹੋ ਗਿਆ ਜੀ ਸੋ ਆਪਾਂ ਦੇਖੋ ਪਹਿਲਾ a^2 b^2 c^2 ਇਨਸਰਟ ਕੀਤਾ ਸੀ ਹਾਈਪੇਸ਼ੀਅਨ ਯੂਜ਼ ਕਰਕੇ ਫਿਰ ਆਪਾਂ ਇੱਕ ਲਿਮਿਟ ਸੈਕਿੰਡ ਆਪਸ਼ਨ ਐਡ ਕੀਤੀ ਲਿਮਿਟ a 2 b, b sin a 4/5 d/dx 5 d over Dx 5 a ਇਨਸਰਟ ਹੋ ਗਿਆ ਜੀ ਫਿਰ ਆਪਾਂ ਇੱਕ c ਇਨਸਰਟ ਕੀਤਾ ਆਪਸ਼ਨ ਇੱਕ d ਕੀਤਾ c ਤੇ d ਆਪਾਂ ਕੀ ਕੀਤਾ ਸੀ ਆਪਾਂ Google ਦੇ ਵਿੱਚ ਜਾ ਕੇ ਆਪਣਾ ਬ੍ਰਾਊਜ਼ਰ ਦੇ ਵਿੱਚ Google ਸਰਚ ਕੀਤੀ ਸੀ ਕੋਡ ਐਕ ਕੋਕਸ ਦੇ ਨਾਤੇ ਸੋ ਉੱਥੋਂ ਮੇਰੇ ਕੋਲੇ ਇੱਕ ਵੈਬਸਾਈਟ ਓਪਨ ਹੁੰਦੀ ਸੀ ਪਹਿਲੀ ਲੇਟੈਕ ਇਕੁਏਸ਼ਨ ਐਡੀਟਰ ਇਹ ਮੈਂ ਓਪਨ ਕਰ ਲਈ ਸੀ ਜੀ ਇੱਥੇ ਆਪਾਂ ਬਾਕਸ ਦੇ ਵਿੱਚ ਇਕੁਏਸ਼ਨ ਆਪਣੀ ਟਾਈਪ ਕਰਨੀ ਆ ਜੋ ਵੀ ਆਪਾਂ ਚਾਹੋਣੇ ਆ ਸਾਰੇ ਸਿੰਬਲ ਯੂਜ਼ ਕਰ ਸਕਦੇ ਆ ਕੋਈ ਵੀ ਅਲਫਾ ਬੀਟਾ ਗਾਮਾ ਜੋ ਮਰਜੀ ਸੋ ਆਪਾਂ ਇੱਥੋਂ ਨੀਚੋਂ ਕੀ ਕਰਨਾ ਉਹਦਾ ਯੂਆਰਐਲ ਕਾਪੀ ਕਰਕੇ ਆਪਣੇ ਕੁਇਜ਼ ਦੇ ਜਿੱਥੋਂ ਇਨਸਰਟ ਵਿੱਚ ਪੇਸਟ ਕਰਨਾ ਆ ਜੀ ਸੋ ਆਪਾਂ ਹੁਣੇ ਇਸ ਕੁਇਜ਼ ਦਾ ਪ੍ਰੀਵਿਊ ਦੇਖੀਏ ਕਿ ਇਹ ਜਦੋਂ ਬੱਚਿਆਂ ਕੋਲ ਜਾਊਗਾ ਤਾਂ ਉਹ ਕਿੱਦਾਂ ਦਾ ਸ਼ੋਅ ਹੋਊਗਾ ਸੋ ਪ੍ਰੀਵਿਊ ਦੇ ਲਈ ਆਪਾਂ ਕੀ ਕਰਾਂਗੇ ਜੀ ਆਪਾਂ ਉੱਪਰ ਜਾ ਕੇ ਪ੍ਰੀਵਿਊ ਦੇ ਉੱਤੇ ਕਲਿੱਕ ਕਰਾਂਗੇ ਜੀ ਸੋ ਆਪਣਾ ਪ੍ਰੀਵਿਊ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਜਿਹੜਾ ਆਪਾਂ ਕੁਇਜ਼ ਦੇ ਤਿਆਰ ਕੀਤਾ ਸੀ ਤਾਂ ਆਪਾਂ ਨੇ ਜਿਹੜੇ ਚਾਰ ਆਪਾਂ ਇਨਸਰਟ ਆਪਸ਼ਨ ਚ ਕੀਤੀਆਂ ਸੀ ਸੋ ਆਪਣੀਆਂ ਉਹ ਐਡ ਹੋ ਗਈਆਂ ਸਮੀਕਰਨਾਂ ਇਨਸਰਟ ਹੋ ਗਈਆਂ ਸੋ ਇਦਾਂ ਦੇ ਮਤਲਬ ਜਦੋਂ ਆਪਾਂ ਬੱਚਿਆਂ ਨੂੰ ਸੈਂਡ ਕਰਾਂਗੇ ਸੋ ਇਦਾਂ ਦੀ ਪਿਕਚਰ ਬੱਚਿਆਂ ਦੇ ਕੋਲ ਇਹ ਪਹੁੰਚੂਗੀ ਜੀ ਸੋ ਜਿਹੜਾ ਆਪਾਂ ਇਹ ਮੈਥਡ ਗੱਲ ਕੀਤਾ ਸੀਗਾ ਜੀ ਇਹ ਆਪਾਂ ਦੇਖੋ ਲੈਪਟਾਪ ਤੇ ਕਰ ਰਹੇ ਆ ਬਿਲਕੁਲ ਸੇਮ ਹੀ ਇਹ ਆਪਣੇ ਫੋਨ ਦੇ ਉੱਤੇ ਮੋਬਾਈਲ ਫੋਨ ਤੇ ਵੀ Google Chrome ਦੇ ਵਿੱਚ ਬਿਲਕੁਲ ਸੇਮ ਇਦਾਂ ਹੀ ਹੀ ਵਰਕ ਕਰੂਗਾ ਜੀ ਇਹ ਤਾਂ ਤੁਸੀਂ ਬਿਲਕੁਲ ਸੇਮ ਮੈਥਡ ਆ ਜਿਹੜਾ ਆਪਾਂ ਯੂਜ਼ ਕੀਤਾ ਸੀ ਹਾਈ ਪੇਸ਼ੀਆ ਦਾ ਤੇ ਇੱਕ ਕੋਡ ਹੈ ਕੋਡ ਦੇ ਵੈਬਸਾਈਟ ਦੀ ਗੱਲ ਕੀਤੀ ਸੀ ਦੋਨੋਂ ਸੇਮ ਆ ਜੀ ਇਹ ਦੋਨੋਂ ਮੋਬਾਈਲ ਤੇ ਵੀ ਸੇਮ ਵਰਕ ਕਰਦੀਆਂ ਤੇ ਆਪਣੇ ਜਿਹੜਾ ਕੰਪਿਊਟਰ ਆ ਉਹਦੇ ਉੱਤੇ ਵੀ ਇਹ ਕੀ ਕਰਨੀਆਂ ਸੇਮ ਵਰਕ ਕਰਨੀਆਂ ਹੈ ਜੀ ਸੋ ਇਸ ਦੀ ਸਹਾਇਤਾ ਦੇ ਨਾਲ ਜੀ ਤੁਸੀਂ ਆਪਣੇ ਕੁਐਸਚਨ ਜਿਹਨਾਂ ਉਹਨਾਂ ਦੇ ਵਿੱਚ ਕੋਈ ਵੀ ਮੈਥਮੈਟੀਕਲ ਇਕਵੇਸ਼ਨ ਦੇ ਫਾਰਮੂਲੇ ਸਿੰਬਲ ਹਨ ਉਹ ਇਨਸਰਟ ਕਰ ਸਕਦੇ ਹਾਂ ਇਸੇ ਤਰ੍ਹਾਂ ਉਹਨਾਂ ਦੀ ਆਪਸ਼ਨਜ਼ ਹਨ ਉਹਨਾਂ ਦੇ ਵਿੱਚ ਇਨਸਰਟ ਕਰ ਸਕਦੇ ਹੋ ਸੋ ਮੈਨੂੰ ਉਮੀਦ ਹੈ ਕਿ ਜੋ ਆਪਾਂ ਅੱਜ ਜਾਣਕਾਰੀ ਸਾਂਝੀ ਕੀਤੀ ਹੈ ਇਹ ਤੁਹਾਨੂੰ ਜ਼ਰੂਰ ਤੁਹਾਡੇ ਕਿਤੇ ਨਾ ਕਿਤੇ ਕੰਮ ਆਉਗੀ ਧੰਨਵਾਦ